ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ, ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਰੀ ਕੀਤੀ ਕਿਸਾਨ ਸਨਮਾਨ ਨਿਧੀ ਦੀ 18ਵੀਂ ਕਿਸ਼ਤ। 9.4 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਆਏ 20,000 ਕਰੋੜ ਰੁਪਏ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ। ਅਮਨ ਅਮਾਨ ਦੇ ਨਾਲ ਨੇਪਰੇ ਚੜ੍ਹੀ ਵੋਟਿੰਗ, ਸ਼ਾਮ 7 ਵਜੇ ਤੱਕ 61.19% ਵੋਟਾਂ ਪਈਆਂ। ਕਿਸਾਨ ਆਗੂ ਸਰਵਣ ਸਿੰਘ ਪੰਧੇੜ ਦੀ ਅਗਵਾਈ ਵਿੱਚ ਕਿਸਾਨਾਂ ਦੇ ਕੁਝ ਪੱਧਰੀ ਵਫਦ ਨੇ ਸਰਕਾਰ ਦੇ ਨਾਲ ਕੀਤੀ ਬੈਠਕ। ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿਵਾਇਆ ਭਰੋਸਾ, ਸਰਕਾਰ ਨੇ ਝੋਨੇ ਦੀ ਖਰੀਦ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਉਣ ਦਾ ਦਿਵਾਇਆ ਭਰੋਸਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਅੱਜ ਕਿਸਾਨਾਂ ਦੇ ਖਾਤਿਆਂ ਵਿੱਚ 18ਵੀਂ ਕਿਸ਼ਤ ਭੇਜ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ DBT ਰਾਹੀਂ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕਿਸ਼ਤ ਦੇ ਪੈਸੇ ਟ੍ਰਾਂਸਫਰ ਕੀਤੇ। ਇਸ ਵਾਰ 9.4 ਕਰੋੜ ਤੋਂ ਵੱਧ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 18ਵੀਂ ਕਿਸ਼ਤ ਭੇਜੀ ਗਈ। 9.4 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕੁੱਲ 20,000 ਕਰੋੜ ਰੁਪਏ ਆਉਣਗੇ। ਇਸ ਕਿਸ਼ਤ ਦੇ ਜਾਰੀ ਹੋਣ ਨਾਲ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਲਗਭਗ 3.45 ਲੱਖ ਕਰੋੜ ਰੁਪਏ ਜਾਰੀ ਕੀਤੇ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਰਾਸ਼ਟਰ ਦੇ ਇੱਕ ਦਿਨਾਂ ਦੌਰੇ ਤੇ ਨੇ, ਜਿੱਥੇ ਉਹਨਾਂ ਕਈ ਅਹਿਮ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਉਹਨਾਂ ਆਪਣੇ ਸੰਬੋਧਨ ਵਿੱਚ ਕਾਂਗਰਸ ਉੱਤੇ ਵੀ ਤਿੱਖੇ ਨਿਸ਼ਾਨੇ ਸਾਧੇ। ਸਾਥੀਓ, ਨਵਰਾਤਰੀ ਕੇ ਇਸ ਪਾਵਤ ਪਵਿੱਤਰ ਸਮੇਂ ਮੈਂ ਮੁਝੇ ਅਭੀ PM ਕਿਸਾਨ ਸਨਮਾਨ ਨਿਧੀ ਕੀ 18ਵੀਂ ਕਿਸ਼ਤ ਜਾਰੀ ਕਰਨੇ ਕਾ ਅਵਸਰ ਮਿਲਾ ਹੈ। ਦੇਸ਼ ਕੇ 9.5 ਕਰੋੜ ਕਿਸਾਨੋ ਕੇ ਖਾਤੋਂ ਮੇਂ ਆਜ 20,000 ਕਰੋੜ ਰੁਪਏ ਟ੍ਰਾਂਸਫਰ ਕੀਏ ਗਏ ਹੈ। ਮਹਾਰਾਸ਼ਟਰ ਕੀ ਡਬਲ ਇੰਜਨ ਕੀ ਸਰਕਾਰ ਤੋਂ ਯਹਾਂ ਕੇ ਕਿਸਾਨੋ ਕੋ ਡਬਲ ਫਾਇਦਾ ਪਹੁੰਚਾ ਰਹੀ ਹੈ। ਨਮੋ ਸ਼ੇਤਕਾਰੀ ਮਹਾਸਮਾਨ ਯੋਜਨਾ ਕੇ ਤਹਿਤ ਮਹਾਰਾਸ਼ਟਰ ਕੇ 90 ਲੱਖ ਸੇ ਜ਼ਿਆਦਾ ਕਿਸਾਨੋ ਕੋ ਕਰੀਬ 1900 ਕਰੋੜ ਰੁਪਏ ਦੀਏ ਗਏ ਹੈ। ਅਭੀ ਦਿੱਲੀ ਮੇਂ ਹਜ਼ਾਰੋਂ ਕਰੋੜ ਰੁਪਏ ਕਾ ਡਰੱਗਸ ਪਕੜਾ ਗਿਆ ਔਰ ਦੇਖੀਏ ਦੁੱਖ ਕੀ ਬਾਤ, ਇਸ ਡਰੱਗਸ ਰੈਕੇਟ ਕਾ ਮੁੱਖ ਸਰਗਨਾ ਕੌਣ ਨਿਕਲਾ? ਕਾਂਗਰਸ ਕਾ ਇੱਕ ਨੇਤਾ, ਉਸਕਾ ਮੁੱਖ ਸਰਗਨਾ ਨਿਕਲਾ। ਕਾਂਗਰਸ ਯੁਵਾਓਂ ਕੋ ਨਸ਼ੇ ਕੀ ਲਤ ਮੇਂ ਧਕੇਲ ਕਰ ਉਸ ਪੈਸੇ ਸੇ ਚੁਣਾਵ ਲੜਨਾ ਔਰ ਜੀਤਨਾ ਚਾਹਤੀ ਹੈ। ਹਮੇਂ ਇਸ ਖਤਰੇ ਸੇ ਸਾਵਧਾਨ ਰਹਿਣਾ ਹੈ ਔਰ ਦੂਸਰੋ ਕੋ ਵੀ ਸਾਵਧਾਨ ਕਰਨਾ ਹੈ। ਹਮੇਂ ਸਾਥ ਮਿਲਕਰ ਇਹ ਲੜਾਈ ਜਿੱਤਣੀ ਹੋਗੀ। ਸਾਥੀਓ, ਆਜ ਹਮਾਰੀ ਸਰਕਾਰ ਕਾ ਹਰ ਨਿਰਣੈ ਹਰ ਨੀਤੀ ਵਿਕਸਿਤ ਭਾਰਤ ਕੋ ਸਮਰਪਿਤ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸਾਰੀਆਂ 90 ਸੀਟਾਂ ਉੱਤੇ ਅੱਜ ਵੋਟਾਂ ਪਈਆਂ ਨੇ ਤੇ ਸ਼ਾਮ 7 ਵਜੇ ਤੱਕ 61.19% ਵੋਟਿੰਗ ਹੋਈ ਹੈ। ਸਭ ਤੋਂ ਵੱਧ 67.91% ਵੋਟਾਂ ਯਮੁਨਾਨਗਰ ਵਿੱਚ ਪਈਆਂ। ਸਭ ਤੋਂ ਘੱਟ 49.97% ਵੋਟਿੰਗ ਗੁੜਗਾਉਂ ਵਿੱਚ ਹੋਈ ਹੈ। ਚੋਣ ਕਮਿਸ਼ਨ ਦਫ਼ਤਰ ਦੇ ਮੁਤਾਬਿਕ ਅੱਜ ਸਵੇਰ ਤੋਂ ਹੀ ਵੋਟਿੰਗ ਕੇਂਦਰਾਂ ਦੇ ਬਾਹਰ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਵੇਖੀਆਂ ਗਈਆਂ ਤੇ ਲੋਕਾਂ ਨੇ ਅਮਨ ਅਮਾਨ ਦੇ ਨਾਲ ਵੋਟਾਂ ਪਾਈਆਂ। ਦੱਸ ਦੇਈਏ ਕਿ ਨਤੀਜੇ ਦਾ ਐਲਾਨ 8 ਅਕਤੂਬਰ ਨੂੰ ਹੋਵੇਗਾ। ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਬਾਲਾ ਸਿਟੀ ਬਲਦੇਵ ਨਗਰ ਵਿੱਚ ਵੀ ਵੋਟਿੰਗ ਹੋਈ, ਜਿਸ ਵਿੱਚ ਲੋਕਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ MC ਟੋਨੀ ਚੌਧਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ
ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਟੋਨੀ ਚੌਧਰੀ ਨੇ ਬਲਦੇਵ ਨਗਰ ਦਾ ਵਿਕਾਸ ਵੱਡੀ ਪੱਧਰ ਤੇ ਕਰਵਾਇਆ ਹੈ। ਹਰਿਆਣਾ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਇਹਨਾਂ ਚੋਣਾਂ ਦੌਰਾਨ ਮੁੱਖ ਮੰਤਰੀ ਨੈਬ ਸਿੰਘ ਸੈਣੀ, ਵਿਨੇਸ਼ ਫੋਗਾਟ, ਭੁਪਿੰਦਰ ਸਿੰਘ ਹੁੱਡਾ ਵਰਗੇ ਦਿੱਗਜਾਂ ਸਮੇਤ ਕੁੱਲ 1027 ਉਮੀਦਵਾਰਾਂ ਦੀ ਕਿਸਮਤ EBM ਦੇ ਵਿੱਚ ਕੈਦ ਹੋ ਗਈ ਹੈ। ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹਨਾਂ ਚੋਣਾਂ ਦੇ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਨੇ, ਜਿਨ੍ਹਾਂ ਵਿੱਚ ਕਾਂਗਰਸ ਜਿੱਤ ਦੀ ਵਿਖਾਈ ਦੇ ਰਹੀ ਹੈ, ਜਦਕਿ ਸੱਤਾਧਾਰੀ ਪਾਰਟੀ ਭਾਜਪਾ ਪਛੜਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਚੋਣਾਂ ਦੇ ਅਸਲ ਨਤੀਜੇ 8 ਅਕਤੂਬਰ ਨੂੰ ਆਉਣਗੇ, ਜਦੋਂ ਹਰਿਆਣਾ ਨੂੰ ਨਵਾਂ ਮੁੱਖ ਮੰਤਰੀ ਮਿਲ ਜਾਵੇਗਾ। ਵੋਟਿੰਗ ਖਤਮ ਹੋਣ ਤੋਂ ਬਾਅਦ ਹੀ ਚੋਣਾਂ ਦੇ ਰੁਝਾਨ ਅਤੇ ਐਗਜ਼ਿਟ ਪੋਲ ਕਾਂਗਰਸ ਲਈ ਵੱਡੀ ਖੁਸ਼ਖਬਰੀ ਲੈ ਕੇ ਆਏ ਨੇ। ਇਹਨਾਂ ਮੁਤਾਬਕ ਕਾਂਗਰਸ 10 ਸਾਲਾਂ ਤੋਂ ਬਾਅਦ ਸੂਬੇ ਵਿੱਚ ਮੁੜ ਸੱਤਾ ਕਾਇਮ ਕਰਨ ਜਾ ਰਹੀ ਹੈ। 2019 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਜਿੱਥੇ 40 ਸੀਟਾਂ ਉੱਤੇ ਜਿੱਤ ਹਾਸਲ ਹੋਈ ਸੀ, ਉੱਥੇ ਹੀ ਉਹ ਇਸ ਵਾਰ 22 ਤੋਂ 33 ਸੀਟਾਂ ਉੱਤੇ ਸਿਮਟਦੀ ਨਜ਼ਰ ਆ ਰਹੀ ਹੈ। ਜਦਕਿ ਐਗਜ਼ਿਟ ਪੋਲ ਦੇ ਮੁਤਾਬਕ 2019 ਵਿੱਚ 31 ਸੀਟਾਂ ਜਿੱਤਣ ਵਾਲੀ ਕਾਂਗਰਸ ਪਾਰਟੀ ਇਸ ਵਾਰ 52 ਤੋਂ 62 ਸੀਟਾਂ ਉੱਤੇ ਜਿੱਤ ਦਰਜ ਕਰ ਸਕਦੀ ਹੈ। ਉਧਰ ਬੀਜੇਪੀ ਆਗੂ ਤਰਨ ਚੁੱਗ ਨੇ ਹਰਿਆਣਾ ਵਿੱਚ ਮੁੜ ਤੋਂ ਬੀਜੇਪੀ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ। ਇਹ ਐਗਜ਼ਿਟ ਪੋਲ ਹੈ, ਪਰਿਣਾਮ ਇਸੇ ਬਿਹਤਰ ਔਰ ਬੜੀਆ ਹੋਣੇ ਵਾਲੇ ਹੈ। ਭਾਜਪਾ ਦੋਨੋਂ ਜਗ੍ਹਾ ਪਰ ਪੂਰਨ ਬਹੁਮਤ ਸੇ ਸਰਕਾਰ ਬਣਾਉਣੇ ਜਾ ਰਹੀ ਹੈ। ਜਨਤਾ ਕਾ ਆਸ਼ੀਰਵਾਦ, ਗਰੀਬ, ਯੁਵਾ, ਮਹਿਲਾ, ਕਿਸਾਨ, ਹਿੱਤਕਾਰੀ ਭਾਜਪਾ ਕੋ ਮਿਲੇਗਾ। ਦੋਨੋਂ ਰਾਜਿਓ ਮੇਂ ਜਨਤਾ ਭ੍ਰਿਸ਼ਟਾਚਾਰੀ, ਪਰਿਵਾਰਵਾਦੀ, ਲੂਟ ਕਸੂਟ ਵਾਲੇ ਕੁਨਬੇ ਕੋ ਹਰਾ ਰਹੇ ਹੈ ਏਵਮ ਡਬਲ ਇੰਜਨ ਕੀ ਸਰਕਾਰ ਬਨੇਗੀ। ਜਲਾਲਾਬਾਦ ਦੇ BDPO ਦਫ਼ਤਰ ਵਿੱਚ ਅੱਜ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੇ ਸਰਪੰਚੀ ਦੇ ਉਮੀਦਵਾਰ ਦੇ ਗੋਲੀ ਵੱਜਣ ਦੀ ਜਾਣਕਾਰੀ ਹੈ। ਜਾਣਕਾਰੀ ਮੁਤਾਬਕ ਪੰਚਾਇਤੀ ਚੋਣਾਂ ਕਾਰਨ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਇਤਰਾਜ਼ ਲਗਾਏ ਜਾਣੇ ਸਨ, ਜਿਸ ਕਾਰਨ ਅਕਾਲੀ ਦਲ ਦੇ ਆਗੂ ਨੋਨੀ ਮਾਨ ਅਤੇ ਬੌਬੀ ਮਾਨ ਆਪਣੇ ਸਮਰਥਕਾਂ ਸਮੇਤ BDPO ਦਫ਼ਤਰ ਪਹੁੰਚੇ ਅਤੇ ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਉੱਥੇ ਮੌਜੂਦ ਸਨ। ਉੱਥੇ ਹੀ ਪਿੰਡ ਮੁਹੰਮਦੇਵਾਲਾ ਤੋਂ ਸਰਪੰਚ ਉਮੀਦਵਾਰ ਮਨਦੀਪ ਬਰਾੜ ਅਤੇ ਮਾਨ ਗਰੁੱਪ ਦੇ ਲੋਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਵੇਖਦਿਆਂ ਹੀ ਵਿਵਾਦ ਝਗੜੇ ਵਿੱਚ ਤਬਦੀਲ ਹੋ ਗਿਆ। ਝਗੜੇ ਦੌਰਾਨ ਫਾਇਰਿੰਗ ਹੋਈ। ਫਾਇਰਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਸਰਪੰਚੀ ਲਈ ਉਮੀਦਵਾਰ ਮਨਦੀਪ ਬਰਾੜ ਦੀ ਛਾਤੀ ਵਿੱਚ ਗੋਲੀ ਵੱਜੀ, ਜਿਨ੍ਹਾਂ ਨੂੰ ਤੁਰੰਤ ਇਲਾਜ ਦੇ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਦੌਰਾਨ ਹਸਪਤਾਲ ਪਹੁੰਚੇ ਵਿਧਾਇਕ ਗੋਲਡੀ ਕੰਬੋਜ ਨੇ ਘਟਨਾ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਧਰ ਫਾਜ਼ਿਲਕਾ ਦੇ SSP ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਲੋਕਾਂ ਉੱਤੇ ਗੋਲੀ ਚਲਾਉਣ ਦੇ ਇਲਜ਼ਾਮ ਲੱਗੇ ਨੇ, ਜਿਸ ਦੌਰਾਨ ਬਰਾੜ ਦੀ ਛਾਤੀ ਵਿੱਚ ਗੋਲੀ ਵੱਜਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਦੌਰਾਨ ਇੱਕ ਹੋਰ ਵਿਅਕਤੀ ਦੇ ਹੱਥ ਵਿੱਚ ਗੋਲੀ ਲੱਗੀ ਹੈ। SSP ਨੇ ਕਿਹਾ ਕਿ ਮਾਮਲੇ ਦੀ ਜਾਂਚ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਕਦਮ ਫੋਨ ਆਇਆ ਵੀ BDO ਵਿੱਚ ਗੋਲੀ ਚੱਲ ਗਈ। ਮੈਂ ਪੁੱਛਿਆ ਕੀ ਹੋਇਆ, ਕਹਿੰਦਾ ਵੀ ਐਂ ਕਰਕੇ ਮਨਦੀਪ ਦੇ ਗੋਲੀ ਵੱਜ ਗਈ। ਅਸੀਂ ਉੱਥੇ ਪਹੁੰਚੇ, ਉਦੋਂ ਪਹਿਲਾਂ ਉਹਨੂੰ ਲੈ ਕੇ ਆ ਕੇ ਸੋ ਮੈਂ ਸਿਵਲ ਹਸਪਤਾਲ ਪਹੁੰਚਿਆ ਤਾਂ ਪਤਾ ਲੱਗਿਆ ਵੀ ਨੋਨੀ ਮਾਨ ਨੇ ਆਪ ਗੋਲੀ ਚਲਾਈ ਔਰ ਉਹਦਾ ਭਰਾ ਦੇ ਨਾਲ ਵੀ 25 ਬੰਦੇ ਸੀ ਨਾਲ ਉਹਨਾਂ ਦੇ BDO ਆਫਿਸ। ਇਹ ਮੁਹੰਮਦੇਵਾਲੇ ਪਿੰਡ ਦਾ ਮੁੰਡਾ। ਦੇਖੋ, ਇਹ ਤਾਂ ਹੁਣ ਪਤਾ ਲੱਗੂਗਾ ਕੀ ਇਸ਼ੂ ਹੈ, ਕੀ ਹੋਇਆ, ਕਿਉਂਕਿ ਇਹ ਵੀ ਸਰਪੰਚੀ ਦਾ ਕੈਂਡੀਡੇਟ ਸੀ, ਉਹਨਾਂ ਨੇ ਵੀ ਆਪਦੇ ਫਾਰਮ ਭਰੇ ਹੋਏ ਸੀ ਅਤੇ ਸਾਰੇ ਰੂਟੀਨ ਵਿੱਚ ਆ ਜਾ, ਹਰ ਕਿਸੇ ਇਤਰਾਜ਼ ਲੱਗੇ ਸੀ, ਕਿਸੇ ਦੀ ਕਈ ਚੀਜ਼ਾਂ ਸੀ, ਲੋਕਾਂ ਨੇ ਆਪਦੇ ਕਾਗਜ਼ ਪੱਤਰ ਪੂਰੇ ਕਰਨੇ ਸੀ, ਪਰ ਹੁਣ ਬਾਕੀ ਤਾਂ ਕਲੀਅਰ ਫਿਰ ਪਤਾ ਲੱਗੂਗਾ। ਪਰ ਬਹੁਤ ਮੰਦਭਾਗੀ ਘਟਨਾ ਹੋਈ ਹੈ, ਜੋ ਇਹ ਪਹਿਲਾਂ ਗੁੰਡਾ ਰਾਜ ਦਾ ਸਿਸਟਮ ਪਹਿਲਾਂ ਇਹਨਾਂ ਨੇ ਚਲਾ ਰੱਖਿਆ ਸੀ, ਇਹ ਅੱਜ ਵੀ ਉਹਨੂੰ ਚਲਾਉਣਾ ਚਾਹੁੰਦੇ ਆ, ਜਿਹਨੂੰ ਅਸੀਂ ਕੰਟਰੋਲ ਕਰਕੇ ਬੜੇ ਦਿਨਾਂ ਦਾ ਰੱਖ ਰੱਖਿਆ ਸੀ। ਸੋ ਬੜੀ ਮਾੜੀ ਗੱਲ ਹੈ।
ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਕੇਸ ਵਿੱਚ ਸਹਿ ਦੋਸ਼ੀ ਦੇ ਤੌਰ ਉੱਤੇ ਚੱਲ ਰਹੇ ਬਲਵੰਤ ਸਿੰਘ ਗੱਜਣਮਾਜਰਾ ਦੇ ਖਿਲਾਫ ਈਡੀ ਵੱਲੋਂ ਕਸਟਡੀ ਦੀ ਮੰਗ ਲਈ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਅਰਜ਼ੀ ਲਗਾਈ ਗਈ ਸੀ, ਜੋ ਕਿ ਅੱਜ ਮੋਹਾਲੀ ਅਦਾਲਤ ਵੱਲੋਂ ਮਨਜ਼ੂਰ ਕਰਦੇ ਹੋਏ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਬਲਵੰਤ ਸਿੰਘ ਨੂੰ 4 ਦਿਨ ਦੇ ਰਿਮਾਂਡ ਉੱਤੇ ਭੇਜਣ ਦੇ ਹੁਕਮ ਸੁਣਾਏ ਗਏ, ਜਿਸ ਤੋਂ ਬਾਅਦ ਈਡੀ ਉਹਨਾਂ ਨੂੰ ਜਲੰਧਰ ਲੈ ਕੇ ਆਈ। ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ਤੇ ਵੱਖ ਵੱਖ ਖੇਤਰਾਂ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਭਾਸ਼ਾ ਭਵਨ ਪਟਿਆਲਾ ਦੇ ਲੈਕਚਰ ਹਾਲ ਵਿੱਚ ਕਰਵਾਏ ਸਮਾਰੋਹ ਵਿੱਚ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਧਾਨਗੀ PRTC ਦੇ ਚੇਅਰਮੈਨ ਰਣਜੋਤ ਸਿੰਘ ਹਡਾਣਾ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ IAS ਮਨਜੀਤ ਸਿੰਘ ਨਰੰਗ ਨੇ ਸ਼ਮੂਲੀਅਤ ਕੀਤੀ। ਪ੍ਰਧਾਨ ਉਪਕਾਰ ਸਿੰਘ ਨੇ ਆਏ ਪਤਵੰਤਿਆਂ ਨੂੰ GIN ਨੂੰ ਕਿਹਾ ਤੇ ਸਨਮਾਨਿਤ ਕੀਤਾ। ਇਸ ਮੌਕੇ ਪਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਆਪਣੇ ਸੰਬੋਧਨ ਵਿੱਚ ਸਨਮਾਨ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਸੰਸਥਾ ਦੇ ਸੁਪਰਾਲੇ ਦੀ ਸ਼ਲਾਘਾ ਕੀਤੀ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਗੁਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ, ਇਹ ਪਰਮਾਤਮਾ ਦੀ ਕਿਰਪਾ ਨਾਲ ਤੁਹਾਨੂੰ ਇਸ ਸੁਸਾਇਟੀ ਰਾਹੀਂ ਸਮਾਜ ਦੀ ਸੇਵਾ ਕਰਨ ਦਾ ਸੁਭਾਗ ਮਿਲਿਆ ਹੈ, ਕਿਉਂਕਿ ਇਹ ਜੋ ਵਿਦਿਆ ਦਾ ਚਾਨਣ ਹੈ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਇੱਕ ਸਿੱਖ ਕੋ ਵਿਦਿਆ ਦਿਲਾਏਗਾ, ਇਹ ਕਿਤਨੀ ਵੱਡੀ ਗੁਰੂ ਗ੍ਰੰਥ ਸਾਹਿਬ ਵਿੱਚ ਦੁਨੀਆ ਦੇ ਲੋਕਾਂ ਨੂੰ ਖਾਸ ਕਰਕੇ ਟੀਚਰਾਂ ਨੂੰ ਇਹ ਅਸੀਸ ਦਿੱਤੀ ਗਈ ਹੈ ਕਿ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਇੱਕ ਸਿੱਖ ਕੋ ਵਿਦਿਆ ਦਿਲਾਏਗਾ। ਇਤਨੀ ਵੱਡੀ ਸੇਵਾ ਦੀ ਮਹਾਨਤਾ ਵਿਦਿਆ ਪ੍ਰਦਾਨ ਕਰਨ ਦੀ ਸਤਿਗੁਰੂ ਜੀ ਨੇ ਸਾਨੂੰ ਦ੍ਰਿੜ ਕਰਵਾਈ ਹੈ। ਫਿਰ ਲੀਆ ਤਾਂ ਦੀਆ ਮਾਣ ਜਿੰਦ ਸਿਉਂ ਸੇ ਸੱਜਣ ਕਿਉਂ ਵਿਸਰੈ, ਜਿਨ੍ਹਾਂ ਟੀਚਰਾਂ ਨੂੰ ਸਮਾਜ ਸੇਵੀਆਂ ਨੂੰ ਪੱਤਰਕਾਰਾਂ ਨੂੰ ਅੱਜ ਇਸ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਉਹ ਕਦੇ ਨਹੀਂ ਭੁੱਲਣਗੇ, ਕਿਉਂਕਿ ਲੀਆ ਤਾਂ ਦੀਆ ਮਾਣ ਜਿੰਦ ਸਿਉਂ ਸੇ ਸੱਜਣ ਕਿਉਂ ਵਿਸਰੈ, ਇਹ ਸਾਡੇ ਸੱਜਣ ਹਨ ਜੋ ਸਾਨੂੰ ਐਕਨੋਲੇਜ ਕਰਕੇ ਸਾਡੀਆਂ ਸੇਵਾਵਾਂ ਨੂੰ ਸਾਨੂੰ ਐਨਕਰੇਜ ਕਰਕੇ ਹੋਰ ਵਧੇਰੇ ਸੇਵਾ ਕਰਨ ਲਈ ਸਮਾਜ ਦੀ ਸਾਨੂੰ ਤਿਆਰ ਬਰ ਤਿਆਰ ਕਰ ਰਹੇ ਹਨ। ਮੈਂ ਆਪਣੀ ਵਿਰਾਸਤ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਹਜ਼ੂਰ ਸਾਹਿਬ ਦੇ ਵਿੱਚ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ, ਮੈਂ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਤੁਹਾਨੂੰ ਦੱਸਣਾ ਚਾਹਾਂਗਾ ਕਿ 3 ਮਹਾਂਪੁਰਸ਼ਾਂ ਨੂੰ ਜਿਨ੍ਹਾਂ ਦਾ ਮੈਨੂੰ ਪਤਾ ਹੈ ਕਿ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਅਤੇ ਮਿਲਾਪ ਹੋਇਆ, ਕਿਉਂਕਿ ਮੈਂ ਬਹੁਤ ਖੁਸ਼ਕਿਸਮਤ ਇਨਸਾਨ ਹਾਂ ਕਿ ਦਸਮ ਪਾਤਸ਼ਾਹ ਨੇ ਮੈਨੂੰ ਆਪਣਾ ਅੰਬੈਸਡਰ ਬਣਾਇਆ ਹੈ ਅਤੇ ਮੈਨੂੰ ਇਸ ਗੱਲ ਦਾ ਅਹਿਸਾਸ ਬਚਪਨ ਵਿੱਚ ਹੋ ਗਿਆ ਸੀ ਕਿ ਸਤਿਗੁਰੂ ਜੀ ਨੇ ਕਿਸੇ ਕੰਮ ਲਈ ਕਿਸੇ ਮੰਤਵ ਲਈ ਮੈਨੂੰ ਡਿਊਟੀ ਲਗਾਈ ਹੈ ਅਤੇ ਉਸ ਮੰਤਵ ਦੀ ਸਮਝ ਮੈਨੂੰ ਕਿਸ ਤਰ੍ਹਾਂ ਆਈ ਹੈ ਮੈਂ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਤੁਹਾਨੂੰ ਦੱਸਾਂਗਾ ਕਿ ਜਿਨ੍ਹਾਂ ਜਿਨ੍ਹਾਂ ਨੂੰ ਦਸਮ ਪਾਤਸ਼ਾਹ ਦੇ ਦਰਸ਼ਨ ਹੋਏ ਹਨ, ਜੇ ਤੁਸੀਂ ਉਹਨਾਂ ਦੇ ਦਰਸ਼ਨ ਕਰ ਲਓ ਤਾਂ ਤੁਹਾਡੀ ਕੀ ਅਵਸਥਾ ਹੋਵੇਗੀ ਇਹ ਕੋਈ ਬਾਣੀ ਪੜ੍ਹਨ ਵਾਲਾ ਜਾਂ ਸਿਮਰਨ ਕਰਨ ਵਾਲਾ ਇਨਸਾਨ ਹੀ ਸਮਝ ਸਕਦਾ ਹੈ। ਲੇਕਿਨ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਹਾਂ ਕਿ ਜਦੋਂ ਤੁਸੀਂ ਹਰਿਮੰਦਰ ਸਾਹਿਬ ਜਾਂਦੇ ਹੋ ਅਤੇ ਪਰਿਕਰਮਾ ਵਿੱਚ ਜਾਣ ਲਈ ਤੁਸੀਂ ਪੌੜੀਆਂ ਉਤਰਦੇ ਹੋ ਤਾਂ ਸੱਜੇ ਹੱਥ ਤੁਹਾਨੂੰ ਬਾਬੇ ਬੁੱਢੇ ਦੀ ਬੇਰ
ਅੱਗੇ ਜਾ ਕੇ ਤੁਹਾਨੂੰ ਦਰਸ਼ਨ ਡਿਓੜੀ ਦੇ ਇਲਾਇਚੀ ਬੇਰ ਅਤੇ ਫਿਰ ਤੁਹਾਨੂੰ ਦੁੱਖ ਭੰਜਨੀ ਬੇਰੀ ਦੇ ਦਰਸ਼ਨ ਹੁੰਦੇ ਹਨ। ਇਹ ਬੇਰੀਆਂ ਵੀ ਜੀਵਤ ਜੀਵ ਜੰਤੂ ਹਨ ਅਤੇ ਇਹਨਾਂ ਬੇਰੀਆਂ ਨੇ ਕਿੰਨੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਹੋਣਗੇ ਕਿ ਜਦੋਂ ਤੁਸੀਂ ਹਰਿਮੰਦਰ ਸਾਹਿਬ ਦੀ ਦਹਿਲੀਜ਼ 'ਤੇ ਪੈਰ ਰੱਖਦੇ ਹੋ ਤਾਂ ਯੂ ਫੀਲ ਸਮਥਿੰਗ ਡਿਫਰੈਂਟ। ਤੁਹਾਨੂੰ ਕੁਛ ਅਗੰਮੀ ਸਕੂਨ ਮਿਲਦਾ ਹੈ, ਅਗੰਮੀ ਆਨੰਦ ਮਿਲਦਾ ਹੈ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਜਾ ਕੇ, ਕਿਉਂਕਿ ਉਹਨਾਂ ਬੇਰੀਆਂ ਨੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਹੋਏ। ਕਿਸੇ ਬੇਰੀ ਨੇ 5 ਗੁਰੂ ਸਾਹਿਬਾਨ ਦੇ, ਕਿਸੇ ਨੇ 6 ਗੁਰੂ ਸਾਹਿਬਾਨ ਦੇ, ਅਤੇ ਜਦੋਂ ਅਸੀਂ ਉਹਨਾਂ ਦੇ ਦਰਸ਼ਨ ਕਰਦੇ ਹਾਂ ਤਾਂ ਸਾਡੇ ਮਨ ਮੰਦਰ ਵਿੱਚ ਅਚੇਤ ਮਨ ਦੇ ਵਿੱਚ ਉਸਦਾ ਐਸਾ ਪ੍ਰਭਾਵ ਪੈਂਦਾ ਹੈ ਕਿ ਸਾਡਾ ਹਿਰਦਾ ਠੰਡਾ ਹੋ ਜਾਂਦਾ ਹੈ ਅਤੇ ਸਾਨੂੰ ਆਪਣੇ ਮਨ ਮੰਦਰ ਵਿੱਚ ਵੇਖਣ ਦੀ ਸ਼ਕਤੀ ਮਿਲਦੀ ਹੈ। ਤਾਂ ਮੈਂ ਕਿਉਂਕਿ ਬਚਪਨ ਤੋਂ ਮੇਰੇ ਉੱਤੇ ਕਿਰਪਾ ਹੋ ਗਈ ਅਤੇ 12 ਸਾਲ ਦੀ ਉਮਰ ਵਿੱਚ ਜੋ ਤੁਸੀਂ ਪੰਜਾਬ ਦੇਖ ਰਹੇ ਹੋ, ਇਸ ਪੰਜਾਬ ਨੂੰ ਬਣਾਉਣ ਲਈ ਮੈਂ ਸੰਘਰਸ਼ ਕੀਤਾ। ਮੈਂ ਜੇਲ੍ਹ ਵਿੱਚ ਵੀ ਗਿਆ 1960 ਵਿੱਚ। ਉਸ ਤੋਂ ਬਾਅਦ 1966 ਤੱਕ ਜਿੰਨੀ ਦੇਰੀ ਪੰਜਾਬੀ ਨੂੰ ਇਸਦਾ ਹੱਕ ਨਹੀਂ ਮਿਲਿਆ, ਇਹ ਸਾਡੀ ਰਾਜ ਦੀ ਭਾਸ਼ਾ ਨਹੀਂ ਬਣੀ, ਉਦੋਂ ਤੱਕ ਮੈਂ ਅਨੇਕਾਂ ਵਾਰੀ ਟਾਰਚਰ ਹੋਇਆ, ਜੇਲ੍ਹਾਂ ਵਿੱਚ ਜਾਂਦਾ ਰਿਹਾ। ਲੇਕਿਨ ਮੈਂ ਕਿਉਂਕਿ ਬਚਪਨ ਵਿੱਚ ਆਪਣੇ ਗ੍ਰੈਂਡਫਾਦਰ ਦੀ ਸੰਗਤ ਕੀਤੀ ਸੀ 27 ਸਾਲ ਦੀ ਉਮਰ ਤੱਕ, ਅਤੇ ਉਹਨਾਂ ਨੂੰ ਤਿੰਨੇ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਔਰ ਉਹਨਾਂ ਦਾ ਸਾਥ ਮਿਲਿਆ ਅਤੇ ਤਿੰਨੋਂ ਹੀ ਸਾਡੇ ਘਰ ਆਏ ਸਨ। ਇਹ ਜੋ ਪਦਮ ਸ਼੍ਰੀ ਇਸ ਤਰ੍ਹਾਂ ਦੇ ਪੁਰਸਕਾਰ ਮਿਲਦੇ ਨੇ, ਇਹਨਾਂ ਪਿੱਛੇ ਜੋ ਸ਼ਕਤੀ ਕੰਮ ਕਰ ਰਹੀ ਹੁੰਦੀ ਹੈ ਉਸਦਾ ਮੈਂ ਤੁਹਾਨੂੰ ਅਹਿਸਾਸ ਕਰਾਉਣਾ ਚਾਹੁੰਦਾ ਹਾਂ ਕਿ ਸੰਤ ਅਤਰ ਸਿੰਘ ਜੀ ਮਹਾਰਾਜ ਮਸਤਵਾਣਾ ਸਾਹਿਬ ਵਾਲੇ ਜੋ ਹਜ਼ੂਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨਾਂ ਲਈ ਗਏ ਸਨ, ਉਹਨਾਂ ਨੂੰ 1894 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹਨਾਂ ਦਾ ਮਿਲਾਪ ਹੋਇਆ ਸੀ। ਅਤੇ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਤਿਗੁਰੂ ਜੀ ਨੇ ਸਰਹੰਦ ਦੀ ਇੱਟ ਦਾ ਲਿੱਟ ਖੜਕਾਉਣ ਲਈ ਭੇਜਿਆ ਅਤੇ ਉਹਨਾਂ ਨੇ ਖਾਲਸਾ ਰਾਜ ਕਾਇਮ ਕੀਤਾ, ਠੀਕ ਇਸੇ ਤਰ੍ਹਾਂ ਜਦੋਂ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਵਿੱਚ ਅਸੀਂ ਫਸ ਗਏ ਅਤੇ ਉਹਨਾਂ ਦੀ ਪਕੜ ਬਹੁਤ ਜ਼ਿਆਦਾ ਹੋ ਗਈ ਸਾਡੀ ਹਿੰਦੁਸਤਾਨ ਦੇ ਉੱਤੇ, ਅਤੇ ਇੱਕ ਦਿਨ ਐਸਾ ਆਇਆ ਕਿ ਉਹਨਾਂ ਨੇ ਹਰਿਮੰਦਰ ਸਾਹਿਬ ਨੂੰ ਚਰਚ ਬਣਾਉਣ ਦਾ ਐਲਾਨ ਕਰ ਦਿੱਤਾ। ਇੰਨੀ ਉਹਨਾਂ ਨੇ ਜ਼ੁਰਤ ਕੀਤੀ ਕਿ ਸਿੱਖਾਂ ਦੇ ਸਭ ਤੋਂ ਵੱਡੇ ਧਰਮ ਅਸਥਾਨ ਨੂੰ ਚਰਚ ਬਣਾ ਦੇਈਏ, ਅਤੇ ਹਰਿਮੰਦਰ ਸਾਹਿਬ ਦੇ ਬਾਹਰ ਵੀ ਚਰਚ ਬਣਾ ਤਾ ਰਾਈਟ ਹੈਂਡ ਸਾਈਡ 'ਤੇ, ਅਤੇ ਫਿਰ ਉਹਨਾਂ ਨੇ ਆਪਸ਼ਨ ਰੱਖ ਦਿੱਤੀ ਹਰਿਮੰਦਰ ਸਾਹਿਬ ਦੀ ਕਿ ਇਸ ਦੀ ਬੋਲੀ ਕਰਕੇ ਇੱਥੇ ਚਰਚ ਬਣਾ ਦਿਓ, ਅਤੇ ਪਾਦਰੀ ਉੱਥੇ ਚਰਚ ਬਣਾਉਣ ਲਈ ਆ ਗਏ। ਤਾਂ ਤੁਸੀਂ ਜਦੋਂ ਹਰਿਮੰਦਰ ਸਾਹਿਬ ਜਾਓ ਤਾਂ ਦਰਸ਼ਨੀ ਡਿਓੜੀ ਦੇ ਖੱਬੇ ਹੱਥ ਤੁਸੀਂ ਲਿਖਿਆ ਦੇਖਣਾ ਕਿ 1882 ਦੇ ਵਿੱਚ ਇਹ ਘਟਨਾ ਵਾਪਰੀ, ਅਤੇ ਜਦੋਂ ਚਰਚ ਬਣਾਉਣ ਲਈ ਆਏ ਤਾਂ ਅੰਦਰੋਂ ਹਰਿਮੰਦਰ ਸਾਹਿਬ ਦੇ ਵਿੱਚੋਂ ਇੱਕ ਲਾਈਟ ਬੰਬ ਨਿਕਲਿਆ ਅਤੇ ਉਹ ਜੋ ਪਾਦਰੀ ਆਏ ਸੀ ਉਹਨਾਂ ਦੇ ਸਿਰ ਦੇ ਉੱਤੇ ਗਿਰਿਆ, ਅਤੇ ਫਿਰ ਉਹ ਚਰਚ ਨਹੀਂ ਬਣਾ ਸਕੇ, ਡਰ ਕੇ ਚਲੇ ਗਏ। ਤਾਂ ਇਸ ਤਰ੍ਹਾਂ ਜਿਹੜਾ ਭਿਆਨਕ ਸਮਾਂ ਸੀ ਕਿ 1 ਕਰੋੜ ਸਿੱਖ ਮਹਾਰਾਜਾ ਰਣਜੀਤ ਸਿੰਘ ਵੇਲੇ, ਅਤੇ ਅਗਰ ਤੁਸੀਂ 1900 ਦੀ 1890 ਦੀ ਸੈਂਸਸ ਦੇਖੋਗੇ ਤਾਂ ਸਿਰਫ 10 ਲੱਖ, ਮਤਲਬ 90 ਲੱਖ ਸਿੱਖ ਪਤਿਤ ਹੋ ਗਏ, ਸਿੱਖੀ ਛੱਡ ਗਏ, ਈਸਾਈ ਬਣ ਗਏ, ਜਾਂ ਜਿਹੜੇ ਮੌਕਾ ਪ੍ਰਸਤ ਲੋਕ ਸਿੱਖ ਰਾਜ ਕਰਕੇ ਸਿੱਖ ਬਣੇ ਸਨ ਉਹ ਵੀ ਭੱਜ ਗਏ। ਤਾਂ ਇਤਨੀ ਤਰਸਯੋਗ ਹਾਲਤ ਸੀ ਕਿ ਅੰਗਰੇਜ਼ਾਂ ਨੂੰ ਜ਼ਰੂਰਤ ਹੋ ਗਈ ਕਿ ਅਸੀਂ ਹਰਿਮੰਦਰ ਸਾਹਿਬ ਨੂੰ ਚਰਚ ਬਣਾ ਦਈਏ। ਤਾਂ ਫਿਰ ਸੰਤ ਅਤਰ ਸਿੰਘ ਮਹਾਰਾਜ ਨੂੰ, ਜਿਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਬੁਨਿਆਦ ਰੱਖੀ ਸੀ, ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਬੁਨਿਆਦ ਰੱਖ ਕੇ 1 ਕਰੋੜ ਰੁਪਈਆ ਵੀ ਦਿੱਤਾ ਸੀ, ਜੋ ਅੱਜ 1000 ਕਰੋੜ ਰੁਪਏ ਤੋਂ ਵੀ ਜ਼ਿਆਦਾ ਬਣਦਾ ਹੈ। ਇਹ 24 ਦਸੰਬਰ
1914 ਦੀ ਗੱਲ ਹੈ, ਕਿਉਂਕਿ ਸੰਤਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਜੇ ਅਸੀਂ ਲਿਟਰੇਸੀ ਨਹੀਂ ਫੈਲਾਵਾਂਗੇ, ਹਿੰਦੁਸਤਾਨੀਆਂ ਨੂੰ ਪੜ੍ਹਾਵਾਂਗੇ ਨਹੀਂ, ਉਹ ਪੜ੍ਹੇ ਲਿਖੇ ਨਹੀਂ ਹੋਣਗੇ, ਇਲੀਟਰੇਟ ਹੋਣਗੇ, ਤਾਂ ਦੇਸ਼ ਕਦੇ ਵੀ ਆਜ਼ਾਦ ਨਹੀਂ ਹੋ ਸਕਦਾ। ਤਾਂ ਇਹ ਸਾਰੀ ਮੂਵਮੈਂਟ ਜੋ ਹੈ ਦੇਸ਼ ਦੀ ਆਜ਼ਾਦੀ ਦੀ, ਉਹ ਸਾਡੇ ਘਰੋਂ ਸ਼ੁਰੂ ਹੋਈ ਅਤੇ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਜਿਸ ਥਾਂ ਉੱਤੇ ਪਾਕਿਸਤਾਨ ਨੇ ਐਟਮ ਬੰਬ ਬਣਾਇਆ ਹੈ ਉਸ ਦੇ ਨਾਲ ਹੀ ਇੱਕ ਗੁਫਾ ਦੇ ਵਿੱਚ ਪਹਾੜ ਦੇ ਵਿੱਚ ਬੈਠ ਕੇ ਉਹਨਾਂ ਨੇ ਮੈਡੀਟੇਟ ਕੀਤਾ, ਤਪੱਸਿਆ ਕੀਤੀ। ਇੱਕ ਇੱਕ ਸਾਲ ਦੀ ਇੱਕ ਇੱਕ ਸੀਟਿੰਗ ਹੈ ਉਹਨਾਂ ਦੀ, ਅਤੇ ਇਹ ਇੱਕ ਐਸੀ ਮੈਥੋਡੋਲੋਜੀ ਸੀ ਜੋ ਦਸਮ ਪਾਤਸ਼ਾਹ ਨੇ ਉਹਨਾਂ ਨੇ ਹਿੰਦੁਸਤਾਨੀਆਂ ਨੂੰ ਲਿਟਰੇਟ ਬਣਾਉਣ ਲਈ, ਪੜ੍ਹਿਆ ਲਿਖਿਆ ਬਣਾਉਣ ਲਈ ਉਹਨਾਂ ਨੂੰ ਸਮਝਾਈ ਸੀ, ਅਤੇ ਉਸ ਜੁਗਤ ਦੇ ਨਾਲ ਉਹਨਾਂ ਨੂੰ ਸ਼ਕਤੀ ਵੀ ਦਿੱਤੀ ਸੀ ਕਿ ਤੁਸੀਂ ਉੱਥੇ ਬੈਠ ਕੇ ਲਗਾਤਾਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ, ਅਤੇ ਫਿਰ ਉਸ ਤੋਂ ਬਾਅਦ ਜਦੋਂ ਲੱਖਾਂ ਲੋਕ ਤੁਹਾਡੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਜਾਣਗੇ, ਅਤੇ ਫਿਰ ਤੁਸੀਂ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਤਿਆਰ ਬਰ ਤਿਆਰ ਕਰੋ, ਉਹ ਹਿੰਦੁਸਤਾਨ ਨੂੰ ਵੀ ਆਜ਼ਾਦ ਕਰਾਉਣਗੇ, ਉਹ ਹਿੰਦੁਸਤਾਨ ਨੂੰ ਲਿਟਰੇਟ ਵੀ ਬਣਾਉਣਗੇ। ਇਹ ਐਜੂਕੇਸ਼ਨ ਜੋ ਹੈ ਮੈਨੂੰ ਵਿਰਾਸਤ ਦੇ ਵਿੱਚ 1898 ਵਿੱਚ ਮਿਲੀ, ਅਤੇ ਜਿਹੜੇ ਸਕੂਲ ਬਣਾਏ ਇੱਥੇ ਦੇਸ਼ ਦੇ ਵਿੱਚ ਆ ਕੇ ਆਜ਼ਾਦੀ ਤੋਂ ਬਾਅਦ, ਮੇਰੇ ਗ੍ਰੈਂਡਫਾਦਰ ਨੇ ਸਭ ਤੋਂ ਪਹਿਲਾਂ ਇੰਡੀਆ ਗੇਟ ਤੁਸੀਂ ਜਾਓ ਉੱਥੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਣਾਇਆ, ਔਰ ਦਿੱਲੀ ਦੇ ਵਿੱਚ ਇਸ ਵੇਲੇ ਦਰਜਨਾ ਸਕੂਲ ਕਾਲਜ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਂ ਉੱਤੇ ਚੱਲ ਰਹੇ ਹਨ, ਅਤੇ ਪਟਿਆਲੇ ਵਿੱਚ ਮੇਰੇ ਮਾਤਾ ਪਿਤਾ ਨੇ ਪਹਿਲਾਂ ਜਾਬ ਓਰੀਐਂਟਿਡ ਐਜੂਕੇਸ਼ਨ ਸ਼ੁਰੂ ਕੀਤੀ ਮੇਰੇ ਮਾਤਾ ਜੀ ਨੇ, ਫਿਰ ਮੇਰੇ ਪਿਤਾ ਜੀ ਨੇ ਇਹਨਾਂ ਸਕੂਲਾਂ ਦੀ ਸਥਾਪਨਾ ਕੀਤੀ, ਅਤੇ ਅੱਜ ਹਜ਼ਾਰਾਂ ਬੱਚੇ ਸਾਡੇ ਸਕੂਲਾਂ ਵਿੱਚ ਵੀ ਵਿੱਦਿਆ ਪ੍ਰਾਪਤ ਕਰਕੇ, ਕਿਉਂਕਿ ਅਸੀਂ ਬਹੁਤ ਵਧੀਆ ਸਕੂਲ ਬਣਾਉਣ ਦਾ ਯਤਨ ਕੀਤਾ, 100 ਕਰੋੜ ਰੁਪਏ ਦੇ ਕਰੀਬ ਖਰਚ ਕੀਤਾ ਪਟਿਆਲੇ ਦੇ ਵਿੱਚ, ਔਰ ਵਧੀਆ ਤੋਂ ਵਧੀਆ ਐਜੂਕੇਸ਼ਨ ਵੀ ਅਸੀਂ ਲਾਗਤ ਮਾਤਰ ਕਾਸਟ ਟੂ ਕਾਸਟ ਅਸੀਂ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ, ਕਿਉਂਕਿ ਅੱਜ ਅਧਿਆਪਕਾਂ ਦਾ ਸਨਮਾਨ ਹੋ ਰਿਹਾ ਹੈ, ਅਤੇ ਮੈਂ ਤੁਹਾਡੇ ਤੋਂ ਪ੍ਰੇਰਣਾ ਲੈ ਕੇ ਐਨਰਜੀ ਲੈ ਕੇ ਹੀ ਮੈਂ ਤੁਹਾਨੂੰ ਇਹ ਗੱਲਾਂ ਦੱਸਣ ਦਾ ਯਤਨ ਕੀਤਾ ਹੈ ਕਿ ਜਦੋਂ ਤੁਸੀਂ ਕਲਾਸਾਂ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਹੋ ਤਾਂ ਇਹ ਵੀ ਦੱਸੋ ਕਿ ਹਿੰਦੁਸਤਾਨ ਵਿੱਚ ਵਿੱਦਿਆ ਦੇ ਇਨਕਲਾਬ ਸਦਕਾ ਹੀ ਸਾਨੂੰ ਆਜ਼ਾਦੀ ਮਿਲੀ, ਔਰ ਜੋ ਸਾਡੇ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣੀ ਬਨਾਰਸ ਹਿੰਦੂ ਯੂਨੀਵਰਸਿਟੀ, ਉਹ ਸ੍ਰੀ ਮਾਨ ਸੰਤ ਅਤਰ ਸਿੰਘ ਮਹਾਰਾਜ ਨੇ ਸਪਾਂਸਰ ਕੀਤੀ ਸੀ, ਪੈਸੇ ਵੀ ਦਿੱਤੇ, ਬੁਨਿਆਦ ਵੀ ਰੱਖੀ, ਅਤੇ ਫਿਰ ਉਸ ਯੂਨੀਵਰਸਿਟੀ ਨੂੰ ਕਾਮਯਾਬ ਕਰਨ ਲਈ ਉਹਨਾਂ ਨੇ ਸ੍ਰੀ ਮਾਨ ਸੰਤ ਤੇਜਾ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਅਕਾਲ ਅਕੈਡਮੀਆਂ ਬਣਾਈਆਂ, 130 ਦੇ ਕਰੀਬ ਅਕਾਲ ਅਕੈਡਮੀਆਂ 2 ਯੂਨੀਵਰਸਿਟੀਆਂ ਸੰਤ ਤੇਜਾ ਸਿੰਘ ਜੀ ਨੇ ਬਣਾਈਆਂ ਸਨ, ਜੋ ਅੱਜ ਵੀ ਬੜੀ ਕਾਮਯਾਬੀ ਨਾਲ ਚੱਲ ਰਹੀਆਂ ਹਨ। ਤੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਦਿੰਦਾ ਹਾਂ ਕਿ ਤੁਸੀਂ ਅੱਜ ਤੁਹਾਡੇ ਤੋਂ ਜੋ ਮੈਂ ਨਵੀਂ ਸਿੱਖਿਆ ਲੈ ਕੇ ਜਾ ਰਿਹਾ ਹਾਂ ਕਿ ਜਿਸ ਸੋਹਣੇ ਢੰਗ ਨਾਲ ਤੁਸੀਂ ਸਾਈਟੇਸ਼ਨ ਪੜ੍ਹ ਕੇ ਹਰ ਸਮਾਜ ਸੇਵੀ ਨੂੰ, ਹਰ ਅਧਿਆਪਕ ਨੂੰ ਸਨਮਾਨਿਤ ਕੀਤਾ ਹੈ, ਤਾਂ 19 ਜਨਵਰੀ ਨੂੰ ਅਸੀਂ ਹਰ ਸਾਲ ਇਸ ਤਰ੍ਹਾਂ ਦਾ ਸਮਾਗਮ ਕਰਦੇ ਹਾਂ, ਅਤੇ ਮੈਂ ਸਰਦਾਰ ਅਵਤਾਰ ਸਿੰਘ ਜੀ ਨੂੰ ਕਹਾਂਗਾ, ਤੁਹਾਨੂੰ ਸਾਰਿਆਂ ਨੂੰ ਅਸੀਂ ਇਨਵੀਟੇਸ਼ਨ ਦੇਵਾਂਗੇ, ਤੁਸੀਂ ਦਰਸ਼ਨ ਦਿਓ, ਕਿਉਂਕਿ ਮੇਘ ਚੰਦ ਜੀ ਨੂੰ ਪਤਾ ਹੈ ਪੰਜਾਬ ਦੇ ਬਹੁਤ ਸਾਰੇ ਮਿਨਿਸਟਰ ਅਤੇ ਸਾਰੇ ਪੰਜਾਬ ਦੀ ਹਰ ਕੰਸਟੀਚੁਐਂਸੀ ਤੋਂ ਜਰਨਲਿਸਟ ਵੀ ਸਾਡੇ ਸਮਾਗਮ ਵਿੱਚ ਆਉਂਦੇ ਹਨ, ਅਤੇ ਮੈਂ ਚਾਹਾਂਗਾ ਕਿ ਤੁਸੀਂ ਸਾਰੇ ਆਓ ਅਤੇ ਤੁਸੀਂ ਦੇਖੋ ਕਿ ਜਿਸ ਤਰ੍ਹਾਂ ਤੁਸੀਂ ਇਹਨਾਂ ਦਾ ਸਨਮਾਨ ਕੀਤਾ ਹੈ, ਅਸੀਂ ਵੀ ਉਸੇ ਤਰ੍ਹਾਂ ਹੀ ਆਪਣੇ ਪੱਤਰਕਾਰਾਂ ਦਾ ਸਨਮਾਨ ਕਰਾਂਗੇ, ਕਿਉਂਕਿ ਸਾਰਾ ਪੰਜਾਬ, ਸਾਰਾ ਹਰਿਆਣਾ, ਹਰ ਕੰਸਟੀਚੁਐਂਸੀ ਦੇ ਵਿੱਚ ਸਾਡੇ ਰਿਪੋਰਟਰ ਹਨ, ਔਰ ਅਸੀਂ ਹਰਿਆਣੇ ਤੋਂ ਵੀ ਚੜ੍ਹਦੀ ਕਲਾ ਅਖਬਾਰ ਅਤੇ ਹਿੰਦੀ ਦਾ ਭਾਰਤ ਦੇਸ਼ ਜੋ ਸਾਡਾ ਅਖਬਾਰ ਹੈ ਅਸੀਂ ਉਹ ਪਬਲਿਸ਼ ਕਰਦੇ ਹਾਂ, ਦਿੱਲੀ ਤੋਂ ਵੀ ਅਤੇ ਚੰਡੀਗੜ੍ਹ ਤੋਂ ਵੀ, 4 ਥਾਵਾਂ ਤੋਂ ਸਾਡੇ ਡੇਲੀ ਅਖਬਾਰ ਛਪਦੇ ਹਨ, ਅਤੇ ਚੜ੍ਹਦੀ ਕਲਾ ਟਾਈਮ TV ਪਿਛਲੇ ਤਕਰੀਬਨ 17 ਸਾਲ ਤੋਂ ਵੱਧ ਸਮੇਂ ਤੋਂ ਹਿੰਦੁਸਤਾਨ ਦੀ ਸਰਕਾਰ ਨੇ ਜੋ ਫ੍ਰੀ ਡਿਸ਼ ਹੈ 5 ਕਰੋੜ ਘਰਾਂ ਵਿੱਚ, ਪਹਿਲੇ ਦਿਨ ਹੀ
ਚੜ੍ਹਦੀ ਕਲਾ ਟਾਈਮ ਟੀ ਵੀ ਨੂੰ ਇੱਕੋ ਹੀ ਪੰਜਾਬੀ ਦਾ ਚੈਨਲ ਹੈ ਹਿੰਦੁਸਤਾਨ ਵਿੱਚ, ਜਿਸ ਨੂੰ ਭਾਰਤ ਸਰਕਾਰ ਆਪਣੀ ਫਰੀ ਡਿਸ਼ ਦੇ ਉੱਤੇ ਦੂਰਦਰਸ਼ਨ ਦੀ ਜੋ ਪ੍ਰਸਾਰ ਭਾਰਤੀ ਦੀ ਹੈ 5 ਕਰੋੜ ਘਰਾਂ ਵਿੱਚ ਅਵੇਲੇਬਲ ਹੈ, ਉਸ ਉੱਤੇ ਸ਼ੁਰੂ ਕਰ ਦਿੱਤਾ ਸੀ। ਗੁਰਦਾਸਪੁਰ ਜ਼ਿਲ੍ਹੇ ਵਿੱਚ ਪਰਾਲੀ ਨੂੰ ਬਿਨਾਂ ਅੱਗ ਲਗਾਏ ਇਸ ਦੇ ਸੁਚੱਜੇ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ, ਕਿਸਾਨਾਂ ਨੂੰ ਮਸ਼ੀਨਰੀ ਸੰਬੰਧੀ ਜਾਣਕਾਰੀ ਦੇਣ ਅਤੇ ਫਸਲਾਂ ਦੀ ਰਹਿੰਦ ਖੂੰਹਦ ਸਾੜਨ ਦੇ ਰੁਝਾਨ ਨੂੰ ਜ਼ਮੀਨੀ ਪੱਧਰ 'ਤੇ ਠੱਲ ਪਾਉਣ ਲਈ ਬਹੁ ਪੱਖੀ ਰਣਨੀਤੀ ਅਪਣਾਉਂਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਵੱਲੋਂ ਅੱਜ ਪਿੰਡ ਭਖਾਰੀਵਾਲ, ਦੋਸਤਪੁਰ ਅਤੇ ਨਾਲ ਲੱਗਦੇ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਅਤੇ ਹੋਰ ਰਹਿੰਦ ਖੂੰਹਦ ਨੂੰ ਨਾ ਸਾੜਨ। ਇਸ ਮੌਕੇ ਉਹਨਾਂ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਨੇ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ। ਇਸ ਮੌਕੇ SSP ਹਰੀਸ਼ ਤੈਮਾ ਵੀ ਮੌਜੂਦ ਰਹੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ। ਦੇਖੋ, ਅਸੀਂ ਮੈਂ ਤੇ SSP ਸਹਿਮਾਨ ਅਸੀਂ ਸਾਰੇ ਪਿੰਡਾਂ 'ਚ ਜਾ ਰਹੇ ਹਾਂ ਜਿੱਥੇ ਪਿਛਲੇ ਸਾਲ ਅੱਗ ਲੱਗਣ ਦੀ ਦਿੱਕਤਾਂ ਆਈਆਂ ਸੀ। ਸਾਡੇ ਤੋਂ ਬਿਨਾਂ ਸਾਡੇ SDM ਸਹਿਮਾਨ, DSP ਸਾਰੇ, ADC ਸਭ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਇਹਦੇ ਬਾਰੇ ਅੱਗ ਨਾ ਲਾਵੇ। ਜਿੱਥੇ ਅਸੀਂ ਇਹਨਾਂ ਨੂੰ ਸਮਝਾਉਂਦੇ ਹਾਂ ਵੀ ਅੱਗ ਨਾ ਲਾਈ ਜਾਵੇ, ਉਹਦੇ ਕੀ ਨੁਕਸਾਨ ਨੇ, ਨਾਲ ਹੀ ਇਹਨਾਂ ਦੀਆਂ ਅਸੀਂ ਮੁਸ਼ਕਲਾਂ ਵੀ ਸਮਝਦੇ ਹਾਂ, ਮੁਸ਼ਕਲਾਂ ਸਮਝਦੇ ਹਾਂ ਵੀ ਇਹਨਾਂ ਦੀ ਕੀ ਜ਼ਰੂਰਤਾਂ ਨੇ, ਉਹ ਵੀ ਅਸੀਂ ਸਮਝ ਕੇ ਇਹਨਾਂ ਦੀ ਮਸ਼ੀਨਰੀ ਵਗੈਰਾ ਪ੍ਰੋਵਾਈਡ ਕਰਦੇ ਹਾਂ। ਅਤੇ ਨਾਲ ਹੀ ਸਾਡਾ ਇਹ ਵੀ ਆ ਵੀ ਸ਼ਾਮ ਨੂੰ ਕੰਬਾਈਨ ਨਾ ਚਲਾਈ ਜਾਵੇ। ਹੁਣ ਝੋਨੇ ਦਾ ਸੀਜ਼ਨ ਹੈ ਤਾਂ ਜਦੋਂ ਸ਼ਾਮ ਨੂੰ ਕੰਬਾਈਨ ਚਲਾ ਕੇ ਜਾਂਦੇ ਨੇ ਤਾਂ ਫਿਰ ਪੈਡੀ ਜਿਹੜੀ ਹੁੰਦੀ ਆ ਉਹ 'ਚ ਨਮੀ ਜ਼ਿਆਦਾ ਹੁੰਦੀ ਹੈ, ਇਹਨਾਂ ਨੂੰ ਮੰਡੀਆਂ 'ਚ ਦਿੱਕਤਾਂ ਆਉਂਦੀਆਂ ਨੇ। ਤਾਂ ਇਸੇ ਸਾਰੇ ਕਰਕੇ SSP ਸਾਹਿਬ ਅਤੇ ਅਸੀਂ ਸਾਰੇ ਇਕੱਠੇ ਆ ਰਹੇ ਹਾਂ ਕਿ ਤਾਂ ਕਿ ਇਹਨਾਂ ਦਾ ਇੱਕ ਵਿਸ਼ਵਾਸ ਵੀ ਬਣੇ ਪ੍ਰਸ਼ਾਸਨ 'ਤੇ ਵੀ ਜੋ ਸਾਡੀਆਂ ਸਮੱਸਿਆ ਨੇ ਉਹ ਵੀ ਪ੍ਰਸ਼ਾਸਨ ਸੁਣ ਰਹੇ ਆ, ਅਤੇ ਨਾਲ ਹੀ ਅਸੀਂ ਅਪੀਲ ਵੀ ਕਰਦੇ ਹਾਂ। ਅਤੇ ਸਾਨੂੰ ਬਹੁਤ ਅੱਛਾ ਉਪਰਾਲਾ ਇਹਦਾ ਜਿਹੜਾ ਅਸੀਂ ਕਰ ਰਹੇ ਹਾਂ, ਅਤੇ ਇਹਦੇ ਨਾਲ ਹੀ ਸਾਰਾ ਬਹੁਤ ਅੱਛਾ ਰਿਸਪੋਂਸ ਆ ਰਿਹਾ ਸਾਰੇ ਪਿੰਡਾਂ 'ਚੋਂ, ਅਤੇ ਸਾਡੇ ਇੰਸੀਡੈਂਟ ਵੀ ਬਹੁਤ ਘਟੇ ਆ। ਗੁਰਦਾਸਪੁਰ ਜ਼ਿਲ੍ਹੇ 'ਚ ਅੱਛਾ ਕੰਮ ਹੋਇਆ, ਅਤੇ ਸਾਨੂੰ ਉਮੀਦ ਹੈ ਕਿ ਸਾਰੇ ਪਿੰਡ ਸਾਨੂੰ ਇਸੇ ਤਰ੍ਹਾਂ ਅੱਛਾ ਸਹਿਯੋਗ ਦੇਣਗੇ। ਜੋ ਇਹਨਾਂ ਦੀਆਂ ਸਮੱਸਿਆ ਨੇ ਅਸੀਂ ਉਹਨਾਂ ਨੂੰ ਹੱਲ ਕਰਾਂਗੇ, ਅਤੇ ਸਾਡੀ ਪੂਰੀ ਇਹ ਇੱਛਾ ਹੈ ਕਿ ਇਹਨਾਂ 'ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨੀ ਪਵੇ, ਨਾ ਸਾਡੀ ਇਹੋ ਜਿਹੀ ਕੋਈ ਮਨਸ਼ਾ ਹੈ। ਪਰ ਸਾਡੀ ਇਹੀ ਅਪੀਲ ਹੈ ਕਿ ਪਰਾਲੀ ਨੂੰ ਅੱਗ ਨਾ ਲਾ ਕੇ, ਨਾ ਕੇਵਲ ਲਾਉਣ ਨਾਲ ਨਾ ਕੇਵਲ ਜ਼ਮੀਨ ਦਾ ਨੁਕਸਾਨ ਹੁੰਦਾ ਹੈ ਬਟ ਵਾਤਾਵਰਨ ਦਾ ਵੀ ਨੁਕਸਾਨ ਹੁੰਦਾ ਹੈ। ਤਾਂ ਇਸ ਤੋਂ ਸਾਨੂੰ ਗੁਰੇਜ ਕਰਨਾ ਚਾਹੀਦਾ, ਇਹ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਆਪਣੇ ਆਪ ਦੀ ਵੀ ਮਦਦ ਕਰਨੀ ਚਾਹੀਦੀ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਕੈਬਨਿਟ ਮੰਤਰੀ ਡਾਕਟਰ ਰਵਜੋਤ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਝੋਨੇ ਦੀ ਖਰੀਦ ਵਿੱਚ ਕਿਸਾਨਾਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਨੇ ਅਤੇ ਇਸ ਕੁਤਾਹੀ ਦੇ ਖਿਲਾਫ਼ ਉਹਨਾਂ ਨਾਅਰੇਬਾਜ਼ੀ ਕੀਤੀ। ਉਗਰਾਹ ਜਥੇਬੰਦੀ ਵੱਲੋਂ ਵੀ ਇਸ ਦਾ ਸਮਰਥਨ ਕੀਤਾ ਗਿਆ। ਉਹਨਾਂ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ ਹੈ। ਇਹ ਧਰਨਾ ਲਾਇਆ ਜੀ ਮੰਡੀਆਂ ਦੇ ਵਿੱਚ, ਇਸ ਵੇਲੇ ਝੋਨੇ ਦੀ ਖਰੀਦ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਹੋਏ, ਅਤੇ ਕਿਉਂਕਿ ਇਸ ਵੇਲੇ ਮੰਡੀਆਂ ਦੇ ਵਿੱਚ ਬਾਰਦਾਨਾ ਨਹੀਂ ਪਹੁੰਚਿਆ। ਜੇ ਗਿੱਲਾ ਝੋਨਾ ਕਿਸੇ ਵਜ੍ਹਾ ਨਾਲ, ਕਿਉਂਕਿ ਸਾਡੀ ਬਹੁਤ ਤਾਤ ਫਸਲ ਜਿਹੜੀ ਆ ਮੀਂਹ ਕਰਕੇ ਡਿੱਗ ਚੁੱਕੀ ਆ, ਉਹ ਗਿੱਲੀ ਫਸਲ ਜੇ ਜਾਂਦੀ ਵੀ, ਅਸੀਂ ਕਹਿੰਦੇ ਹਾਂ ਸਾਡੀ ਫਸਲ ਸੁਕਾ ਕੇ ਖਰੀਦੀ ਜਾਵੇ। ਅਸੀਂ ਨਹੀਂ ਚਾਹੁੰਦੇ ਸਾਡੀ ਫਸਲ ਜਿੰਨਾ ਸਰਕਾਰ ਨੂੰ ਉਹਦੇ ਵਿੱਚ ਨਮੀ ਚਾਹੀਦੀ ਉਸ ਪਰਸੈਂਟ ਨਾਲ ਖਰੀਦਣ, ਪਰ ਸਾਨੂੰ ਸੁਕਾਉਣ ਦਾ ਮੌਕਾ ਵੀ ਦਿੱਤਾ ਜਾਵੇ, ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਕਰਕੇ ਹਜੇ ਤੱਕ ਮੰਡੀਆਂ ਦੇ ਵਿੱਚ ਬਾਰਦਾਨਾ ਨਹੀਂ, ਜਿਨ੍ਹਾਂ ਕਰਕੇ ਸਾਡੀਆਂ ਟਰਾਲੀਆਂ ਦੇ ਉੱਤੇ ਝੋਨਾ ਲੱਦਾ ਇਉਂ ਹੀ ਖੜਿਆ ਪਿਆ ਆ, ਅਤੇ ਸਰਕਾਰ ਨੂੰ ਅਸੀਂ ਅੱਜ ਅਲਟੀਮੇਟ ਦੇਣ ਆਏ ਹਾਂ ਵੀ ਜੇ ਇੱਕ ਅੱਧੇ ਦਿਨ ਦੇ ਵਿੱਚ ਪੁਰਖਾ ਪ੍ਰਬੰਧ ਨਾ ਕੀਤਾ ਅਤੇ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਪੰਜਾਬ ਪੱਧਰ 'ਤੇ ਜਿਹੜਾ ਸੰਘਰਸ਼ ਉਹ ਤੇਜ਼ ਕੀਤਾ ਜਾਵੇ। ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮੰਡੀ ਰਾਜਪੁਰਾ ਵਿੱਚ ਅੱਜ ਕਿਸਾਨਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਫਸਲ ਲੈ ਕੇ ਉਹ ਪਹੁੰਚੇ ਨੇ, ਪਰ ਉਹਨਾਂ ਦੀ ਫਸਲ ਦੀ ਖਰੀਦ ਨਹੀਂ ਹੋ ਰਹੀ, ਜਿਸ ਕਾਰਨ ਉਹ ਪਰੇਸ਼ਾਨ ਹੋ ਰਹੇ ਨੇ। ਉਹਨਾਂ ਕਿਹਾ ਕਿ ਸਾਡੀ ਫਸਲ ਮੰਡੀਆਂ ਦੇ ਵਿੱਚ ਰੁੜ ਰਹੀ ਹੈ,
ਕਿਸਾਨਾਂ ਨੇ ਕਿਹਾ ਕਿ ਨਾ ਫਸਲ ਦੀ ਭਰਾਈ ਹੋ ਰਹੀ ਹੈ ਤੇ ਨਾ ਹੀ ਲਿਫਟਿੰਗ ਹੋ ਰਹੀ ਹੈ। ਪਹਿਲੀ ਤਰੀਕ ਤੋਂ ਸਰਕਾਰ ਨੇ ਹੁਕਮ ਕੀਤੇ ਸੀ ਪਰਮਲ ਦੀ ਖਰੀਦ ਦੇ, ਉਸ ਹੁਕਮਾਂ ਨੂੰ ਛਿੱਕੇ ਟੰਗਦੇ ਹੋਏ ਇਹ ਜੋ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ, ਉਹਨਾਂ ਨੇ ਬਿਲਕੁਲ ਵੀ ਨਾ ਤਾਂ ਬੋਲੀ ਕਰਾਈ ਹੈ ਔਰ ਜਿਹੜੀ ਬੋਲੀ ਹੋਈ ਵੀ ਸੀ ਉਹਦੀ ਤੁਲਾਈ ਨਹੀਂ ਕਰਾ ਰਹੇ ਔਰ ਆੜ੍ਹਤੀਆਂ ਨੂੰ ਧਮਕੀ ਦਿੱਤੀ ਗਈ ਹੈ ਕਿ ਅਗਰ ਜੇ ਕੋਈ ਆੜ੍ਹਤੀ ਇੱਥੇ ਤੋਲੇਗਾ ਤਾਂ ਉਹਦੇ ਖਿਲਾਫ਼ ਅਸੀਂ ਸਖ਼ਤ ਐਕਸ਼ਨ ਕਰਾਂਗੇ। ਸਾਡਾ ਅਗਲਾ ਸੰਘਰਸ਼ ਤਾਂ ਇਹ ਹੈ ਕਿ ਜਿੰਨਾ ਚਿਰ ਸਾਡੀ ਪੀ ਆਰ ਦੀ ਖਰੀਦ ਸ਼ੁਰੂ ਨਹੀਂ ਹੁੰਦੀ ਅਸੀਂ ਇੱਥੇ ਬੈਠਾਂਗੇ, ਮਾਰਕੀਟ ਕਮੇਟੀ ਬੰਦ ਕਰਾਂਗੇ। ਜਿਹੜੇ ਸ਼ਰਾਰਤੀ ਆੜ੍ਹਤੀ ਨੇ, ਜਿਹੜੇ ਕਿ ਕਮਿਸ਼ਨ ਏਜੰਟ ਨੇ, ਜੋ ਇੱਥੋਂ ਦੇ ਮਾਲਕ ਆਪਣੇ ਆਪ ਨੂੰ ਖਵਾਉਂਦੇ ਨੇ, ਇਸ ਕਮੇਟੀ ਦੇ ਜੱਟ ਮਾਲਕ ਨੇ ਔਰ ਜੱਟ ਹੀ ਰਹਿਣਗੇ। ਜਿੰਨਾ ਚਿਰ ਉਹਨਾਂ ਦੇ ਲਾਇਸੈਂਸ ਕੈਂਸਲ ਨਹੀਂ ਹੁੰਦੇ ਅਸੀਂ ਇੱਥੋਂ ਨਹੀਂ ਉੱਠਾਂਗੇ। ਕਿਸਾਨ ਹੋ ਰਹੇ ਜੀ ਇਕੱਠੇ, ਇਹਨਾਂ ਦੀ ਫਸਲ ਨਹੀਂ ਵਿਕਰੀ, ਠੀਕ ਹੈ ਜੀ, ਅਤੇ ਹੜਤਾਲ ਹੈ ਮੰਡੀ 'ਚ। ਪਹਿਲਾਂ ਸੀਗੀ ਆਪਣਾ ਮਜ਼ਦੂਰਾਂ ਦੀ, ਠੀਕ ਹੈ, ਇੱਕ ਦਿਨ ਅਸੀਂ ਬੋਲੀ ਲਵਾਈ ਵੀ ਸੀਗੀ, ਲਵਾਈ ਸੀਗੀ ਬੋਲੀ, ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹ ਭਰੀਆਂ ਨਹੀਂ ਬੋਰੀਆਂ। ਜਿਹੜੀ 1509 ਜੀਰੀ ਹੈ ਪਹਿਲਾਂ ਉਹ ਵਿਕਰੀ ਸੀਗੀ, ਠੀਕ ਹੈ, ਹੁਣ ਕੱਲ੍ਹ ਆ ਕੇ ਕਿਸਾਨ ਇਹਨੂੰ ਬੰਦ ਕਰਾ ਗਏ ਵੀ ਇਹਨੂੰ ਬੰਦ ਕਰੋ ਤਾਂ ਕਿ ਦੋਵੇਂ ਮੰਡੀਆਂ ਦੋਵੇਂ ਫਸਲਾਂ ਬੰਦ ਰਹਿਣ। ਹੁਸ਼ਿਆਰਪੁਰ ਵਿੱਚ ਅੱਜ ਚੜ੍ਹਦੀ ਸਵੇਰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਟੈਂਪੂ ਟਰੈਵਲਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਦਕਿ ਇਸ ਹਾਦਸੇ ਵਿੱਚ 3 ਹੋਰ ਵਿਅਕਤੀ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਦੇ ਲਈ ਤੁਰੰਤ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਲੱਕੜਾਂ ਨਾਲ ਲੱਦੀ ਟਰੈਕਟਰ ਟਰਾਲੀ ਅਤੇ ਜੰਮੂ ਤਰਫੋਂ ਆ ਰਹੇ ਟੈਂਪੂ ਟਰੈਵਲਰ ਦੇ ਵਿਚਕਾਰ ਟੱਕਰ ਹੋਣ ਕਾਰਨ ਵਾਪਰਿਆ, ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਟੈਂਪੂ ਟਰੈਵਲਰ ਵਿੱਚ 12 ਵਿਅਕਤੀ ਸਵਾਰ ਦੱਸੇ ਜਾ ਰਹੇ ਸਨ, ਜਿਸ ਵਿੱਚ 3 ਵਿਅਕਤੀ ਗੰਭੀਰ ਜ਼ਖਮੀ ਨੇ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਹਰਿਆਣਾ ਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਟਰੈਕਟਰ ਸਵਾਰ ਨੇ ਦੱਸਿਆ ਕਿ ਤੇਜ਼ ਰਫ਼ਤਾਰ ਨਾਲ ਓਵਰਟੇਕ ਕਰਨ ਵੇਲੇ ਇਹ ਗੱਡੀ ਉਸ ਦੀ ਟਰਾਲੀ ਦੇ ਨਾਲ ਜਾ ਟਕਰਾਈ। ਮੈਂ ਨਵੀਂ ਬੱਸੀ ਤੋਂ ਆ ਰਿਹਾ ਜੀ, ਸੈਂਚਰੀ ਨੂੰ ਆ ਰਿਹਾ ਜੀ। ਇਹ ਮੁਰਿਓ ਗੱਡੀ ਆ ਰਹੀ ਸੀ ਬਹੁਤ ਤੇਜ਼ ਨਾਲ, ਠੀਕ ਹੈ ਜੀ, ਟਰੈਵਲ ਆਪ ਜੀ, ਠੀਕ ਹੈ ਜੀ। ਅਤੇ ਮੈਂ ਨਾ ਉੱਧਰ ਇਹਨੂੰ ਨਾ ਹੋਰਨ ਦੂਰੋਂ ਰੱਖ ਕੇ ਹੋਰਨ ਵੀ ਮਾਰਿਆ, ਡਿੱਪਰ ਵੀ ਮਾਰਿਆ, ਮੈਂ ਹੌਲੀ ਹੌਲੀ ਜਾਣੀ ਕਿ ਸਾਈਡ ਨੂੰ ਦੱਬਦਾ ਹੀ ਆਇਆ। ਇਹ ਆਣ ਕੇ ਨਾ ਜਿੱਦਾਂ ਵੱਜੀ ਗੱਡੀ ਆਣ ਕੇ, ਅਤੇ ਬਾਅਦ 'ਚ ਜਾਣੀ ਕਿ ਦਸ ਹੋ ਗਿਆ। ਹਾਂਜੀ, ਇਹ ਓਵਰਟੇਕ ਕਰ ਰਿਹਾ ਜੀ, ਇਹ ਰੋਂਗ ਸਾਈਡ ਆ ਗਿਆ ਜੀ, ਜਾਣੀ ਕਿ ਕਾਫੀ ਰੋਂਗ ਸਾਈਡ ਆ ਗਿਆ। ਇਹਨਾਂ ਦੇ ਦੋ ਬੰਦੇ ਮੈਂ ਪਿੱਛੋਂ ਜਾਣੀ ਕਿ ਕੱਢੇ ਆ ਜੀ, ਕੱਢ ਕੇ ਜਾਣੀ ਕਿ ਉਹਨਾਂ ਐਂਬੂਲੈਂਸ 'ਚ ਵੀ ਪਾਏ ਹੋਏ ਆ, ਮੇਰੇ ਵੀ ਤਕਰ ਖੂਨ ਨਾਲ ਕੱਪੜੇ ਭਿੱਜੇ ਹੋਏ ਆ। ਡੇਰਾ ਬੱਸੀ ਪੁਲਿਸ ਨੇ ਇੱਕ ਮਹਿਲਾ ਤੋਂ ਪਾਰਸ 30,000 ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹਣ ਦੇ ਮਾਮਲੇ ਵਿੱਚ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਅਮਿਤ ਕੁਮਾਰ, ਸੰਜੀਵ ਕੁਮਾਰ ਅਤੇ ਗੌਰਵ ਕੁਮਾਰ ਵਜੋਂ ਹੋਈ ਹੈ। ਪੁਲਿਸ ਟੀਮ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਅਮਿਤ ਕੁਮਾਰ ਅਤੇ ਸੰਜੀਵ ਕੁਮਾਰ ਦੇ ਸੱਟ ਲੱਗੀ, ਜਿਨ੍ਹਾਂ ਦਾ ਇਲਾਜ ਕਰਵਾਇਆ ਗਿਆ। ਦੱਸ ਦਈਏ ਕਿ ਇਹਨਾਂ ਨੇ ਮਹਿਲਾ ਤੋਂ ਪਰਸ ਖੋਹਿਆ ਸੀ ਅਤੇ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਜੋ ਕਾਫੀ ਵਾਇਰਲ ਹੋ ਰਹੀ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਭਰ ਦੀਆਂ ਨੋ ਟਾਲਰੈਂਸ ਸੜਕਾਂ ਅਤੇ ਵਨ ਵੇ ਸੜਕਾਂ ਉੱਤੇ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਅਤੇ ਨਜਾਇਜ਼ ਕਬਜ਼ਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਕੁੱਲ 13 FIR ਦਰਜ ਕੀਤੀਆਂ ਗਈਆਂ ਨੇ, 528 ਨੋਟਿਸ ਜਾਰੀ ਕੀਤੇ ਗਏ ਅਤੇ 1 ਜਨਵਰੀ 2024 ਤੋਂ ਹੁਣ ਤੱਕ
ਕੁੱਲ 29,214 ਟ੍ਰੈਫਿਕ ਚਲਾਨ ਕੀਤੇ ਗਏ ਨੇ। ਕੁੱਲ 2,46,66,000 ਰੁਪਏ ਜੁਰਮਾਨਾ ਵਸੂਲਿਆ ਗਿਆ। ਉਹਨਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਲੋਕਾਂ ਦੀ ਸਹੂਲਤ ਲਈ ਸ਼ਹਿਰ ਦੀਆਂ 17 ਸੜਕਾਂ ਨੂੰ ਨੋ ਟੋਲਰੈਂਸ ਰੋਡ ਅਤੇ ਵਨ ਵੇ ਰੋਡ ਘੋਸ਼ਿਤ ਕੀਤਾ ਗਿਆ। ਉਹਨਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਜਲੰਧਰ ਸ਼ਹਿਰ ਵਿੱਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਬਣਾਈ ਰੱਖਣ ਅਤੇ ਜਨਤਕ ਸੁਰੱਖਿਆ ਅਤੇ ਸੁਵਿਧਾਵਾਂ ਨੂੰ ਕਾਇਮ ਰੱਖਣ ਲਈ ਸਮਰਪਿਤ ਹੈ। ਸੀਪੀ ਸਾਹਿਬ ਦੀ ਰਹਿਨੁਮਾਈ ਹੇਠ ਜਿਹੜਾ ਟ੍ਰੈਫਿਕ ਪੁਲਿਸ ਜਲੰਧਰ ਨੇ ਇੱਕ ਵੱਡੀ ਅਚੀਵਮੈਂਟ ਹਾਸਿਲ ਕੀਤੀ ਹੈ। 1 ਜਨਵਰੀ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੜੀਆਂ 17 ਨੋ ਟੋਲਰੈਂਸ ਜ਼ੋਨ ਬਣਾਈਆਂ ਸੀ, ਜਿਹਦੇ ਵਿੱਚ ਕਿ ਨਜਾਇਜ਼ ਕਬਜ਼ੇ ਰੇਹੜੀਆਂ ਵਾਲਿਆਂ ਵੱਲੋਂ ਅਤੇ ਫੜੀਆਂ ਵਾਲਿਆਂ ਵੱਲੋਂ ਕੀਤੇ ਹੋਏ ਸੀ ਜਾਂ ਕਿਤੇ ਗਲਤ ਪਾਰਕਿੰਗ ਹੁੰਦੀ ਸੀ। ਖਬਰ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਹਰਦੋ ਖਾਨਪੁਰ ਤੋਂ ਆ, ਜਿੱਥੇ ਕਿ ਦੀਵਾਲੀ ਤੋਂ ਪਹਿਲਾਂ ਰੱਖੇ ਗਏ ਲੱਖਾਂ ਰੁਪਏ ਦੇ ਨਜਾਇਜ਼ ਪਟਾਕੇ ਪੁਲਿਸ ਵੱਲੋਂ ਕਬਜ਼ੇ ਵਿੱਚ ਲਏ ਗਏ ਨੇ। ਇਸ ਮੌਕੇ DSP ਸਿਟੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਹਰਦੋ ਖਾਨਪੁਰ ਦੀਆਂ ਦੁਕਾਨਾਂ ਵਿੱਚ ਲੱਖਾਂ ਰੁਪਏ ਦੇ ਪਟਾਕੇ ਨਜਾਇਜ਼ ਤੌਰ 'ਤੇ ਰੱਖੇ ਗਏ ਨੇ। ਉਹਨਾਂ ਤੁਰੰਤ DSP ਸਪੈਸ਼ਲ ਬ੍ਰਾਂਚ ਪਲਵਿੰਦਰ ਸਿੰਘ ਦੇ ਨਾਲ ਮੌਕੇ 'ਤੇ ਪਹੁੰਚ ਕੇ ਦੁਕਾਨਾਂ ਦੀ ਤਲਾਸ਼ੀ ਲਈ, ਜਿੱਥੇ ਕਿ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਕੀਤੇ ਗਏ। ਇਸ ਮੌਕੇ ਉਹਨਾਂ ਕਿਹਾ ਕਿ ਪਟਾਕਾ ਮਾਲਕਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇ ਇਲੀਗਲ ਹੈਗੇ ਆ ਤੇ ਅਸੀਂ FIR ਜਿਹੜੀ ਆ ਉਹ ਦਰਜ ਕਰਕੇ ਦੋਸ਼ੀ ਅਰੈਸਟ ਕਰਾਂਗੇ। ਸਰ ਕੀ ਸੀਗਾ ਇਹ ਮਾਲ, ਕੀ ਸੀਗਾ ਇਹਦੇ 'ਚ? ਪਟਾਕੇ ਸੀਗੇ। ਕਿੰਨੇ ਪਟਾਕੇ? ਪਟਾਕੇ ਕਾਫੀ ਜ਼ਿਆਦਾ ਮਾਤਰਾ 'ਚ ਅਕਾਊਂਟ ਫਾਰ ਕਰ ਰਹੇ ਹਾਂ, ਫਿਰ ਅਕਾਊਂਟ ਫਾਰ ਕਰਕੇ ਦੱਸ ਰਹੇ ਹਾਂ। ਬਿੱਲ ਸਾਡੇ ਕੋਲ ਕੋਈ ਨਹੀਂ ਹੈਗਾ ਜੀ, ਸਿਰਫ ਇੱਕ ਜਿਹੜੀ ਛੋਟੀ ਬੜੇ ਮਿਨੀਮਾਈਜ਼ ਟਾਈਪ ਦੀ ਇੱਕ ਹੁੰਦੀ ਹੈ, ਉਹ ਜਿਹਨੂੰ ਫੁੱਲਝੜੀ ਕਹਿੰਦੇ ਹਾਂ, ਉਹ ਫੁੱਲਝੜੀ ਬਣਾਉਣ ਦਾ ਇਹਨਾਂ ਕੋਲ ਜ਼ਰੂਰ ਹੈਗਾ, ਅਦਰਵਾਈਜ਼ ਬਾਕੀ ਕੁਛ ਨਹੀਂ ਹੈ। ਸਾਲ 2025 ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਮਨਾਉਣ ਲਈ ਪੰਜਾਬ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਈਕੋ ਨੇਚਰ ਪਾਰਕ ਪ੍ਰੋਗਰਾਮ ਤਹਿਤ 350 ਜੰਗਲਾਂ ਦਾ ਵਿਕਾਸ ਕੀਤਾ ਜਾਵੇਗਾ। ਇਹ ਐਲਾਨ ਡਾਕਟਰ ਬਿਕਰਮਜੀਤ ਸਿੰਘ ਸਾਹਨੀ, ਸੰਸਦ ਮੈਂਬਰ ਰਾਜ ਸਭਾ, ਨੇ ਵਾਸ਼ਿੰਗਟਨ ਅਮਰੀਕਾ ਦੇ ਡਾਕਟਰ ਰਾਜਵੰਤ ਸਿੰਘ ਦੁਆਰਾ ਸਥਾਪਿਤ ਈਕੋ ਸਿੱਖ ਦੇ 15 ਸਾਲ ਪੂਰੇ ਹੋਣ ਦੇ ਮੌਕੇ 'ਤੇ ਕੀਤਾ, ਜਿਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 100 ਤੋਂ ਵੱਧ ਜੰਗਲ ਲਗਾਏ ਸਨ। ਡਾਕਟਰ ਸਾਹਨੀ ਨੇ ਪੰਜਾਬ ਨੂੰ ਦਰਪੇਸ਼ ਮੌਜੂਦਾ ਵਾਤਾਵਰਣਕ ਚੁਣੌਤੀਆਂ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਡਾਕਟਰ ਸਾਹਨੀ ਨੇ ਅੱਗੇ ਕਿਹਾ ਕਿ ਪੰਜਾਬ ਦਾ AQI ਪੱਧਰ ਵਿਸ਼ਵ ਸਿਹਤ ਸੰਗਠਨ ਦੇ ਨਿਰਧਾਰਿਤ ਪੱਧਰ ਨਾਲੋਂ ਦੁੱਗਣਾ ਹੈ, ਇਸ ਲਈ ਜੰਗਲਾਂ ਦੀ ਕਟਾਈ ਨੂੰ ਰੋਕਣ ਦੇ ਨਾਲ ਨਾਲ ਜੰਗਲਾਂ ਦਾ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਬਾਬਾ ਸੇਵਾ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਵੀ ਈਕੋ ਸਿੱਖ ਐਂਡ ਸਨ ਫਾਊਂਡੇਸ਼ਨ ਦੇ ਸੁਪਰਾਲੇ ਦੀ ਸ਼ਲਾਘਾ ਕੀਤੀ ਹੈ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦਿਆਂ ਦੇ ਨਾਇਰ ਮਾਰਦਿਆਂ ਮੌਸਮ ਦੇ ਹਾਲ 'ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।